ਬਾਰਾਂ ਮੈਂ ਥਾਨੇ ਸ਼ਿਵਰਾਤਰੀ ਗਿਓ ਬਰਤਾਣ ਲੱਗ ਰਹੀ ਹੈ ਫਾਗਣ ਕੇ ਮਹੀਨੇ ਵੀ ਥਾਨੇ ਕਥਾ ਸੁਣਾਓ ਪਹਿਲਾਂ ਥਾਨੇ ਉਦਾਪਨ ਬਤਾਊਂ। ਤੋ ਦਿਨ ਗਏ ਉੱਠੋ ਉੱਠ ਕੇ ਜਲਦੀ ਨਹਾਓ ਨਹਾ ਗਏ ਐਰ ਸਾਰੀ ਚੀਜ਼ ਗਾਲੋ ਥਾਲੀ ਗਮਾਂ ਰੋਲੀ ਮੋਲੀ ਚੰਨਣੇ ਦੁੱਧ ਦਹੀਂ ਘੀ ਸੇਤ ਤੁਲਸੀ ਦਾ ਪੱਤਾ ਪਾਂਚਾ ਇਮਰਤ ਬਣਾਓ ਐਰ ਫਲ ਲੈ ਜਾਓ ਸਾਰੋ ਕਿੰਡੇ ਕੇ ਜਾਓ ਮਿੰਦਰ ਹੋਏ ਤੋ ਮਿੰਦਰ ਮੈਂ ਜਾਓ ਮਿੰਦਰ ਮੈਂ ਸ਼ਿਵਲਿੰਗ ਹੋਏ ਤੋ ਬੀਂਹ ਪਰ ਚੜਾਓ ਪਾਂਚ ਦੀਆ ਦੇ ਕੇ ਜਾਓ ਮੈਂ ਬਾਰ ਬਾਰ ਦੀਆ ਕਰੋ ਪਹਿਲੀ ਜਲਗੋ ਲੋਟੋ ਸਿਥਰ ਕੰਨੇ ਤੋ ਬਿੰਗੋ ਪਹਿਲੀ ਬਿਉਂ ਨੂੰ ਆਓ ਫਿਰ ਵੀ ਪਾਂਚਾ ਇਮਰਤ ਦਹੀਂ ਦੁੱਧ ਸਹਿਤ ਤੁਲਸੀ ਗੋ ਪੱਤੋ ਸਾਰੀ ਚੀਜ਼ ਕੋ ਪਾਂਚਾ ਇਮਰਤ ਬਣਾ ਗਏ ਐਰ ਵੀ ਸ਼ੋ ਨੂੰ ਆਓ ਵਿਉਂ ਨੂੰ ਆ ਗਏ ਫਿਰ ਬੀਲ ਪੱਤਰ ਕਾ ਪੱਤਾ ਆਕੀ ਫੁੱਲੀ ਆਕਾ ਪੱਤਾ ਹੋਵੇ ਚਾਹੇ ਫੁੱਲੀ ਹੋਵੇ ਦਤੂਰੋ ਹੋਵੇ ਬਾਂਗ ਹੋਵੇ ਇਹ ਸ਼ਿਵ ਜੀ ਦੀ ਚੀਜ਼ ਹੈ ਤੋ ਅੰਨ ਤੋ ਜ਼ਰੂਰ ਹੀ ਲਿਆਉਣੀ ਹੋਵੇ ਤੋ ਵੈ ਸਾਰੀ ਬਿਨਾਂ ਨੂੰ ਆ ਗਏ ਸੁਣੋ ਫਿਰ ਜਲੋ ਨੂੰ ਆ ਗਏ ਫਿਰ ਵੈ ਤਿੰਨ ਤਿੰਨ ਟਿੱਕਾ ਕੱਢ ਗਏ ਵੈ ਪੱਤਾ ਵੀ ਹੈ ਸ਼ਿਵਲਿੰਗ ਪਰ ਮੇਲੋ ਐਰ ਫਲ ਚੜਾਓ ਸਾਰੋ ਕਿ ਵਿੰਗ ਉੱਪਰ ਚੜਾ ਗਏ ਇਹ ਦੋਕ ਮਾਰ ਗਏ ਐਰ ਫਿਰ ਘਰੇ ਆਓ ਘਰੇ ਆਓ ਤੋ ਜਦ ਆਪ ਭੋਜਨ ਕਰੋ ਰਾਤ ਨੇ ਦੀਆ ਜਗਾਓ ਅੱਛੀ ਅਗਰਬੱਤੀ ਕਰੋ ਆਸਣ ਲਗਾ ਕੇ ਬੈਠੋ ਨੀਂਦ ਨਾ ਲਿਓ ਸ਼ਿਵਰਾਤਰੀ ਕੇ ਵਰਤ ਗਾ ਭਜਨ ਭਾਵ ਕਰੋ ਐਰ ਦਿਨ ਗਏ ਆਪ ਗੋ ਵਰਤ ਖੋਲੋ ਤੋ ਬਾਰਾਂ ਪੰਡਤ ਜਿਮਾਓ ਬਾਰਾਂ ਪੰਡਤ ਨਾ ਹੋਇਆ ਤੋ ਬਾਰਾਂ ਜਗ੍ਹਾ ਪੰਡਤਾਂ ਨੇ ਘਰੇ ਦੇ ਦਿਓ ਤੋ ਖੀਰ ਕੋ ਭੋਜਨ ਕਰਾਓ ਖੀਰ ਖੰਡ ਕਾ ਭੋਜਨ ਮੋਟਾ ਹੋਇਆ ਉਹ ਭੋਜਨ ਕਰਾਓ ਉਹ ਥਾਨਾ ਉਦਾਪਨ ਬਤਾ ਦਿਓ ਬੇਟਾ ਇੱਥੋਂ ਉਦਾਪਨ ਕਰੋ ਫਿਰ ਗੁਰੂ ਧਰਨ ਹੋਏ ਇੱਕ ਕੋਈ ਸ਼ਿਕਾਰੀ ਉਹ ਸ਼ਿਕਾਰ ਕਰ ਗਏ ਲਿਆਂਤੋ ਜਕੋ ਬਨ ਮੈਂ ਵੀ ਨੇ ਕਿਨ ਲਾਤੋ ਬੋਈ ਲਿਆ ਗਏ ਮਾਰ ਗਏ ਸਾਰਾ ਜਣਾ ਬਈ ਭੋਜਨ ਖਾਂਦਾ ਤੋ ਇੱਕ ਦਿਨ ਸ਼ਿਵਰਾਤਰੀ ਕੋ ਤੋ ਵਰਤ ਆ ਗਿਓ ਮਾਂ ਸ਼ਿਵਰਾਤਰੀ ਆ ਗਈ ਦਿਨ ਕੇ ਜਾਗੇ ਬੈਠਿਓ ਪਾਣੀ ਦੀ ਦਿਉੜੀ ਲੈ ਗਿਓ ਐ ਲਿਜਾ ਗਏ ਐ ਦਿਨ ਕੇ ਬਨ ਮੈਂ ਲਾਗਿਓ ਫਿਰ ਨੇ ਵੀ ਨੇ ਕੋਈ ਸ਼ਿਕਾਰ ਕੌਣ ਲਾ ਦਿਓ ਸ਼ਿਕਾਰ ਕੌਣ ਲਾ ਦਿਓ ਤੋ ਰਾਤ ਕੋ ਮਾੜਾ ਮੋਟੋ ਖਾਇੜੋ ਔਰ ਭੁੱਖਾ ਉਹ ਵਰਤ ਧੱਕਾਉਂ ਹੀ ਰਹਿ ਗਿਓ ਧੱਕਾਉਂ ਹੀ ਰਹਿ ਗਿਓ ਆਥਣ ਹੋ ਗਿਓ ਜਦ ਆਪ ਗਏ ਉੱਪਰ ਬੈਠਿਓ ਵੋ ਤੋ ਜਾ ਗਏ ਬੀਲ ਪੱਤਰ ਗੋ ਪੇੜ ਹੋਈ ਇੱਕ ਬਲੇੜਾ ਬੁੰਟਾ ਕੋਈ ਪੱਤਾ ਬਲਬਲ ਗਏ ਬੀਂਗਾ ਨੀਚਾ ਹੋ ਸ਼ਿਵਲਿੰਗ ਸ਼ਿਵਲਿੰਗ ਤੋਂ ਪੱਤਾ ਹੋ ਲੁਕ ਗਿਓ ਔਰ ਕੋਈ ਕੱਚਾ ਪੱਤਾ ਕਾਜੜਾ ਬੱਠਾ ਜਾ ਕੇ ਬੈਠ ਗਿਓ ਛੋਟੀ ਸੀ ਤਲਾਈ ਵੀ ਮੈਂ ਪਾਣੀ ਹੋ ਤੋ ਮਿਰਗੀ ਆਈ ਵਾ ਆਪਣੀ ਚਰਪੀ ਗਈ ਚਰ ਚਰ ਚਰਾ ਕੇ ਆਈ ਆ ਕੇ ਜਾਣੀ ਪਾਣੀ ਪੀ ਲਿਓ ਵਾ ਪਾਣੀ ਪੀਣ ਲੱਗ ਗਈ ਜਦ ਮੈਂ ਸੁੱਕਾ ਪੱਤਾ ਭਾਜਿਆ ਉੱਪਰੀਓ ਉੱਪਰ ਨੇ ਦੇਖਿਓ ਭਾਈ ਤੂੰ ਕੌਣ ਹੈ ਤੀਨ ਪੱਤਾ ਜੜ ਗਿਆ ਤੀਨ ਬੂੰਦ ਪਾਣੀ ਗੀ ਪੜ ਗਈ ਸ਼ਿਵਲਿੰਗ ਦੀ ਸੇਵਾ ਹੋ ਗਈ ਔਰ ਪੱਤਾ ਉੱਪਰ ਸੁੱਕਾ ਅੱਜ ਵੀ ਨੇ ਠਾ ਕੌਣ ਪੜਿਓ ਤੋ ਕਹ ਬਈ ਤੂੰ ਕੌਣ ਹੈ ਕਹ ਬਈ ਮੈਂ ਤੋ ਸ਼ਿਕਾਰੀ ਹੋ ਤੈਨੇ ਮਾਰ ਸਿਉ ਅੱਜ ਮੈਂ ਤੋ ਦਿਨੀ ਕੇ ਕਾ ਭੁੱਖਾ ਬੈਠਿਆ ਸਾਰਾ ਮਨ ਭੋਜਨ ਕੌਣ ਮਿਲਿਓ ਔਰ ਮਾਰੋ ਉਹ ਹੀ ਭੋਜਨ ਹੈ ਔਰ ਮੈਂ ਤੈਨੇ ਮਾਰ ਸਿਉ ਬੋਲੀ ਬਈ ਤੂੰ ਮਨੇ ਇੱਕਰ ਨਾ ਮਾਰ ਮੈਂ ਅੱਧਾ ਘੰਟਾ ਕੀ ਛੂਟ ਕਰੇ ਮੈਂ ਮੇਰਾ ਬੱਚਾ ਮੇਰਾ ਆਦਮੀ ਨੂੰ ਸੰਭਾਲਾਈਆ ਹੂੰ ਮੇਰਾ ਦੋ ਬੱਚਾ ਹੈ ਔਰ ਫਿਰ ਮੈਂ ਅੱਜ ਸਿਉ ਕਮਰ ਨੇ ਬਈ ਫਿਰ ਕੌਣਾ ਮੈਂ ਤਾਂ ਤੈਨੇ ਛੋਡੂੰ ਕੌਣੀ ਕਹਿ ਬੇਰੀਆ ਦੇ ਵੋ ਡੰਡ ਮਨੇ ਦੇ ਦੇ ਤੂੰ ਮੇਰੋ ਮੈਂ ਮੇਰੇ ਨੇਮ ਧਰਮ ਪਰ ਆਊਂਗੀ ਕਹਿ ਮੇਰਾ ਧਰਮ ਨਹੀਂ ਮਾਊਂਗੀ ਮਰਨਾ ਆਜ ਕਹਿ ਚੰਗਾ ਬਈ ਜਾ ਬਾ ਉੱਠ ਗਈ ਬਾ ਉੱਠ ਗਈ ਨੇ ਮਿਰਗੋ ਆ ਗਿਓ ਬਾਪ ਗਾ ਬੱਚਾ ਕਨ ਪੁੱਗੀ ਤੇਨੇ ਮਿਰਗੋ ਆ ਗਿਓ ਤੋ ਬੋ ਨੀਚੋ ਹੋ ਗਏ ਪਾਣੀ ਪੀਣ ਲੱਗ ਗਿਓ ਫਿਰ ਵੇ ਪੱਤਾ ਵਾਜਿਆ ਤੋ ਬੋ ਆਪ ਗਾ ਧਨੁਸ ਪਰ ਬਾਣ ਚੜਾਵੇ ਬਾਣ ਚੜਾਇਓ ਜਦ ਆਪ ਗਿਆ ਬਿੰਗਾ ਤੋਂ ਹਲ ਗਏ ਪੱਤਾ ਤੀਨ ਪੱਤਾ ਪੜ ਗਿਆ ਤੀਨ ਬੂੰਦ ਪਾਣੀ ਵੀ ਪੜ ਗਈ ਉੱਪਰ ਨੇ ਦੇਖਿਓ ਕਿ ਬਾਈ ਤੂੰ ਕੌਣ ਹੈ ਕਿ ਮੈਂ ਤਾਂ ਬਾਈ ਸ਼ਿਕਾਰੀ ਹੂੰ ਔਰ ਤੈਨੇ ਮਾਰ ਸਿਉ ਮਨ ਅੱਜ ਭੋਜਨ ਕੌਣ ਮਿਲਿਓ ਮਰ ਤੋ ਹੀ ਭੋਜਨ ਹੈ ਮੇਰਾ ਗਰਗਾ ਭੁੱਖਾ ਹੈ ਮੈਂ ਭੁੱਖੋ ਹੂੰ ਔਰ ਅੱਜ ਮਾਂ ਸ਼ਿਵਰਾਤਰੀ ਕੋ ਵਰਤ ਹੈ ਰਾਤ ਕਾ ਮੈਂ ਤੋ ਨਿਰਣਾ ਬੈਠਿਆ ਮਨ ਕਿ ਕੋਲਾ ਦਿਓ ਨਹੀਂ ਵੇ ਭੁੱਖਾ ਬੈਠਿਆ ਤੈਨੇ ਮਾਰ ਸਿਉ ਬੋਲਿਓ ਰੇ ਬਾਈ ਇੱਕ ਰੁਕ ਜਾ ਮੇਰਾ ਦੋ ਬੱਚਾ ਹੈ ਬਨੇ ਮੈਂ ਮੇਰੀ ਲੁਗਾਈ ਨੂੰ ਸੰਭਲਾਈ ਹੂੰ ਬਾ ਪੜ ਲੇਗੀ ਮੈਂ ਮਰਨਾ ਅੱਜ ਹੂੰ ਕਹਿ ਬਈ ਸ਼ੋ ਕੌਣ ਹੈ ਮੋਤ ਕੇ ਮੂੰਹ ਆਵੇ ਤੂੰ ਕੋਨੀਆ ਮੈਂ ਤੈਨੂੰ ਛੋਡੂੰ ਕੋਨੀ ਮਾਰ ਸਿਉ ਕੰਨਾ ਨਾ ਨਾ ਤੂੰ ਮਨੇ ਬਚਨ ਦੇ ਦੇ ਮੈਂ ਬਚਨਾ ਕੋ ਬੰਦ ਉੜੋ ਜਾਊਂਗਾ ਮੇਰੀਆਂ ਮੋਏ ਵਾ ਮੇਰੇ ਸਾ ਕਰ ਲਈ ਤੂੰ ਐਰ ਮੈਂ ਬੱਠੇ ਮੇਰੀ ਆਖਰੀ ਹੈ ਬੱਠੇ ਮੇਰੀ ਗੁਰੀ ਹੈ ਬੱਠੇ ਜਾਊਂਗਾ ਤੂੰ ਅੱਜ ਹੀ ਐਰ ਮੈਂ ਆ ਸਿਉ ਕਿ ਚੰਗਾ ਵੀ ਉੜ ਜਾ
तो वह उठ गया, दोनों ही उठ गया, जाके आप श्री बतलावे कि भाई मैं तो आई हूँ बचना गी बांधी, ए टाबर था नहीं पालना है, ए थी पाल लियो है दो टाबर है, मैं तो मरने जाऊँ। कह भाई आदमी हो टाबर कौन पड़े, लुगाई टाबर पाल लिया जो तेरी जगह मैं जिस्ट हूँ, मन नहीं बना बात कही कह सुको पेड़ है बेल पत्र गो अरबिंग ऊपर बैठे शिकारी वो मारो, तो कह मैं जिस हूँ एर थर पंती हो मैं मर जाऊँ और तू तेरा बच्चा पाल ली लुगाई टाबर पाल लिया। कह ना भाई आदमी बिना मैं के करूँ, मेरू टाबर कौन पड़े, चलो अपन दोनों ही चला, दोनों ही मर जा वा। बच्चा कह भी माने कौन पाल सी, थे दोनों जाओ तो मैं ही दोनों चला, चारों ही मर जा। तो आगा गए तो मिर्ग हो गयो, लार लार मिर्गी होगी, विंग लार दोनों बच्चा हो गया, चारों जावा चालिया। शिकारी तो रजी हो गयो, ले भी आज भोजन है खूब बन गयो सारा में, ऐरा है तो मासीम रात्रि अच्छी टूठी है, तन चार मार के लिए छूंगा। तो बना आपके धनुष पर बाण चढ़ायो, बाण चढ़ा ताई पेड़ तो आलियो आलियो ना आपकी वो पानी तो बिंग दीवड़ी वाला सारा डुल गया और तीन पत्ता टूट गया, भी शिवलिंग पर फेर पड़ गया, फेर पड़ गया ना शिवलिंग ही तो तीन बरिया पूजा होगी। शिव जी महाराज तो खुश हो गयो भी मेरी पूजा होगी, अर बिंग है दया धर्म वापर गयो मन में भी देख तू एक आयो बिना तेन छोड़ियो, दो आयो बिना छोड़ियो, चार आ गया मरने तो तू तो पापी तो दाप गई है, देख बापड़ा मोत गए मुँह चार आए जी वता ने ना ही मार के। तो वो नीचे उतर लग गयो, इतने शिव महाराज जी प्रगट हो गया बैठे, तो नीचे उतर गए अर पगाम पड़े शिव जी गए, मैं बहुत पापी हूँ, मैं बहुत मारे शिकार है, अर मैं जिया ने मार मार गए, अर पेट काढ़िया मेरे ओ भोजन हो, मन शिव जी महाराज माफ़ कर दियो थे। इतने इंद्र भगवान आ गयो, इंद्र भगवान आ गयो, जब वो बोलियो रे वो तो है मेरे पुराना मित्र है, अर इन्हें शिव जी महाराज तू ना मार छोड़ दे कह, छोड़ दियो के वो चार पाप करा रब कह, इन्हें एक ने मारूँ तो जिदर होवे कि वो चार मारा अर कह बापड़ो, एक आयो दो आया चार आ गया चाल गए मरने, अर वो कह मान उठाई खड़े होकर, तो इन्हों तो कह मैंने कह मारी इन्हें मार दियो एक ने कह ना महाराज शिव जी महाराज इन्हें की माफ़ करो अर ना मारो, आज महाशिवरात्रि को व्रत है अर इंगो पाप उतर गयो, अन पापी पाप करया ही करया, आज अन चार जी छोड़े नी तो तन्ने भोजन है गरीब मिलेगो सारो के, अर तू अब शिकार को भोजन ना करे तू अन को भोजन करी, तने अन धन तेरे घरे सोखी मिलेगो तने, अर तू घरे उड़ जा अर तेरे कोई भूखा को रहे नी, तो तू शिव जी की सेवा कर अर शिव जी को तने फल मिलेगो कर। कह महाराज अब मैं शिव जी की सेवा करूँगा, नीचे उतर गए शिकारी घरे जावे तो वहाँ तो आपका 36 प्रकार का भोजन बना रखे और सोई गए माँ सारो सामान पड़ो, कहो महाराज आज हूँ बाद में शिकार कौन मारूँ, मैं पाप कौन करूँ, अर अब मैं शिव जी महाराज को व्रत करूँगा कह। तो शिव जी महाराज की सेवा करने से इतों भी न फल मिलियो, चार जी बने छोड़िया। तो भाई महाशिवरात्रि को व्रत तो घने मोटो है बेटा, जे कोई करो तो उदापन थाने पहला बता दियो, अर वो भी तो थाने करना चाहिए, अर शिव जी की थाने कथा सुना दिए, व्रत रखो न कथा सुन लियो, मेरी कहानी थाने अच्छी लगे तो लाइक करो, अर बटन दबा के लालड़ो सुन लियो, राम ही राम। बेटा शिव जी को नांदियो है गोदो, वो नांदियो बोले गोदे ने नांदियो बोले शिव जी का अगर है वो तो बिंगी पूजा करो तो वह सरना अच्छी है, तो रोटी जिमो तो जो प्रसाद बनाओ बिंगा तीन भाग बनाओ, एक भाग तो शिवलिंग पर चढ़ाओ, एक भाग नांदिये ने जिमाओ, अर भी ना छोरियो दियो बिंगा पगांग हाथ लगाओ चरना चरण चुथाओगा थाने फल मिलेगो, अर वो है शिव जी को नांदियो, नांदिये की सेवा हरियो गेरो पानी पाओ तो बिंगी सेवा तो बहुत ही अच्छी है, एक तीन पिंडिया बनाओ तो एक शिवलिंग चढ़ाओ, एक आप खाओ एक नांदिये का जरूर चढ़ाओ, वो नांदिये ने खुआएगा बहुत पुण्य है बेटा। राम ही राम, राम राम बेटा, राम राम है कैसर नानी माँ का नाम सियूँ, मेरो चैनल बनेडो है और मेरो फेसबुक पेज बनाएडो है कैसर नानी का नाम सियूँ, बिंगा नीचे लिंक देडो है, सारी कहानी मेरी आ जाएगी और मेरो
इंस्टाग्राम है पेज बनाएड़ो है केसर नानी के नाम से हूँ, नीचे लिंक देड़ो है, वो लाल बटन दबा दियो और सुन लियो। ये कहानी आवेगी, नई नई कहानियाँ, नया नया भजन गीत जका सुनना है जका थे लाल बटन दबा के सुन सको।